स्वागत है किसान वीरों तुहाडा सिदक डेयरी फार्मिंग दे विच। किसान वीरों अज फाइनल चवाई आपां कीती है नीली रावी नसल च पैंदी झोटी, सामने तुसी जिहड़ी देख रहे हो बल्लू टू दी इह धी है। डरदी ज़्यादा दोस्तों, नेड़े नहीं जांदे, तुसी इहदे लक्षण देख ले होणगे। पिंड बुढ़ी माल आ दोस्तों, तहसील इहनूं जिला जिहड़ा पैंदा उह श्री मुक्तसर साहिब आ। ਇਹ ਸਾਰੇ ਵੀਰ ਪਹੁੰਚੇ ਸੀਗੇ ਜਿਨ੍ਹਾਂ ਨੇ ਫਾਈਨਲ ਮਿਲਕਿੰਗ ਦੇਖੀ ਹੈ। ਇੱਥੇ ਆ ਕੇ ਆਪਣੇ ਸਾਹਮਣੇ ਇਹਨਾਂ ਨੇ ਚਵਾਈ ਨੂੰ ਦੇਖਿਆ। ਦੁੱਧ ਜਿਹੜਾ ਝੋਟੀ ਦਾ ਹੋਇਆ ਦੋਸਤੋ, ਉਹ 17 ਕਿਲੋ 280 ਗ੍ਰਾਮ ਦੂਜਾ ਸੂਆ ਝੋਟੀ ਸੂਈ ਹੈ। ਡਿਟੇਲ ਆਪਾਂ ਇਹਦੇ ਬਾਰੇ ਬਾਈ ਜਸਪਾਲ ਤੋਂ ਪੁੱਛਾਂਗੇ, ਮਾਲਕ ਹੈ ਇਸ ਝੋਟੀ ਦੇ ਵੀਰ, ਅਤੇ ਨਾਲ ਬਾਈ ਬਲਜਿੰਦਰ ਹੋਰੀ ਅਤੇ ਕੁਛ ਹੋਰ ਵੀਰ ਵੀ ਆਏ। ਆਪਾਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂਗੇ, ਥੋੜ੍ਹੀ ਜਾਣਕਾਰੀ ਝੋਟੀ ਬਾਰੇ ਆਪਾਂ ਬਾਈ ਬਲਜਿੰਦਰ ਹੋਰੀਆਂ ਤੋਂ ਹੀ ਲੈ ਲੈਂਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਲਜਿੰਦਰ ਬਾਈ, ਝੋਟੀ ਬਾਰੇ ਡਿਟੇਲ ਥੋੜ੍ਹੀ ਜਿਹੀ ਦੱਸ ਦੀ ਵੀ ਕਿਹੜੇ ਸਾਂਝ ਦੀ ਧੀ ਹੈ ਅਤੇ ਕਿੰਨਵਾਂ ਸੂਆ ਹੈ? ਇਹ ਬੱਲੂ ਟੂ ਦੀ ਹੈ ਜੀ। ਠੀਕ ਹੈ। ਅਤੇ ਸੈਕਟਰ ਲੋਕੇਸ਼ਨ ਹੈ ਜੀ। ਦੂਜਾ ਸੂਆ, ਹਾਂਜੀ। ਕਿੰਨਾ ਕੁ ਚਿਰ ਹੋ ਗਿਆ ਅੱਜ ਸੂਈ ਨੂੰ? ਇਹਨੂੰ ਹੋ ਗਏ ਹੋਣੇ ਆ ਜੀ ਕੋਈ 25 ਤੋਂ 27 ਦਿਨ। 25 ਤੋਂ 27 ਦਿਨ, ਹਾਂਜੀ ਹਾਂ। ਅੱਛਾ, ਦੁੱਧ ਹਾਲਾਂਕਿ ਜਦੋਂ ਆਪਾਂ ਲਾਈਵ ਕਰਨੀ ਸੀ ਪਹਿਲਾਂ ਆਪਾਂ ਪਲੈਨਿੰਗ ਬਣਾਉਂਦੇ ਸੀ, ਕਾਫੀ ਚੰਗੇ ਤੇ ਚੱਲਦੀ ਸੀ, 250 ਰੁਪਿਆ ਜਾਂ? ਹਾਂਜੀ ਹਾਂਜੀ, ਪਰ ਮੈਂ ਤਾਂ ਇਹ ਗੱਲ ਕਹਿਣ ਨੂੰ ਨਹੀਂ ਮੰਨਦਾ ਹੁੰਦਾ, ਕਿਉਂਕਿ ਫਿਰ ਸਾਰੇ ਵੀਰਾਂ ਨੇ ਇਹ ਸਮਝ ਲੈਣਾ ਵੀ ਜਦੋਂ ਵੀ ਕੋਈ ਚਵਾਈ ਕਰਦੇ ਆ ਕਿਤੇ ਤਾਂ ਕਹਿ ਦਿੰਦੇ ਆ ਹੀਟ ਚਾਈ ਹੈ, ਸਹੀ ਹੈ, ਕਿਤੇ ਕਹਿ ਦਿੰਦੇ ਆ ਬਿਮਾਰ ਹੈ, ਕਿਤੇ ਕਹਿ ਦਿੰਦੇ ਝੜੀ ਲੱਗੀ ਹੈ, ਪਰ ਜਿਹੜਾ ਅੱਜ ਤੋਲਿਆ ਗਿਆ ਉਹ ਸਹੀ ਹੈ, ਉਹ ਬੈਸਟ ਹੈ ਨਾ? ਹਾਂਜੀ ਹਾਂਜੀ, 17 ਕਿਲੋ 280 ਗ੍ਰਾਮ ਬਹੁਤ ਸੋਹਣਾ ਦੁੱਧ ਹੈ। ਉਹ ਤਾਂ ਜੇ ਦੇਖ ਕੇ ਤਾਂ ਇਹ 20 ਨੂੰ ਵੀ ਹੱਥ ਮਾਰ ਗਈ ਸੀਗੀ, ਪਤਾ ਮੈਨੂੰ, ਮੈਂ ਤਾਂ ਹੀ ਆਪਾਂ ਉਸੇ ਨੂੰ ਮੰਨਾਂਗੇ, ਇਸੇ ਨੂੰ ਮੰਨਾਂਗੇ। ਮੈਂ ਤਾਂ ਹੀ ਐਡ ਕੀਤਾ ਸੀ ਵੀ ਜਦੋਂ ਚਵਾਈ ਦੀ ਆਪਾਂ ਗੱਲ ਕਰਦੇ ਤੇ ਜਦੋਂ ਤੋਲਦੇ ਸੀ ਤਾਂ ਉਦੋਂ ਹੋਰ ਉਮੀਦ ਬਹੁਤ ਚੰਗੀ ਸੀ। ਇਹੀ ਗੱਲ ਸੋਚਣੀ ਹੈ ਵੀ ਜਦੋਂ ਵੀ ਕੋਈ ਚਵਾਈ ਕਰਾਉਂਦੇ ਆ ਕੋਈ ਨਾ ਕੋਈ ਵਿੱਚ ਬਹਾਨਾ ਨਾਲ ਐਡ ਕਰ ਦਿੰਦੇ ਆ ਵੀ ਇਹ ਬਿਮਾਰ ਸੀ, ਜਿਵੇਂ ਆਪਾਂ ਉਹ ਖੁੰਨਣ ਕਲਾਂ ਚਵਾਈ ਝੋਟੀ ਬਿਮਾਰ ਸੀ, ਉਹਦੀ ਝੜੀ ਲੱਗੀ ਹੈ, ਚਲੋ ਉਹ ਵੱਖਰੀ ਗੱਲ ਹੈ, ਪਰ ਜਿਹੜਾ ਕੰਡੇ ਤੇ ਬਾਲਟੀ ਦੇ ਵਿੱਚ ਪੈ ਗਿਆ ਉਸੇ ਨੂੰ ਮੰਨਾਂਗੇ, ਪਰ ਬਾਅਦ ਦੀ 20 ਵੀ ਦੇਈ ਜਾਵੇ 22 ਵੀ ਦੇਈ ਜਾਵੇ। ਬਿਲਕੁਲ ਬਿਲਕੁਲ। ਸੋ ਦੋਸਤੋ, ਇਹ ਬਾਈ ਬਲਜਿੰਦਰ ਵੱਲੋਂ ਵੀਰ ਦਾ ਮਾਨ ਸਨਮਾਨ ਕਰਨਾ, ਇੱਕ ਪੱਗ ਜਿਹੜੀ ਹੈ ਸਨਮਾਨ ਚਿੰਨ ਦੇ ਤੌਰ 'ਤੇ ਵੀਰ ਨੂੰ ਦਿੱਤੀ ਹੈ। ਬਾਕੀ ਅਸੀਂ ਨੀਲੀ ਰਾਵੀ ਵੱਲੋਂ ਜਿਹੜਾ ਅਸੀਂ ਇੱਕ ਉਪਰਾਲਾ ਕਰ ਰਹੇ ਸੀ ਉਹਦੇ ਵੱਲੋਂ ਸ਼ੀਲਡ ਜਿਹੜੀ ਉਹ ਵੀ ਸਰਦਾਰ ਅਮਰਜੀਤ ਸਿੰਘ ਜੀ ਭੋਲਾ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਉਹ ਵੀ 22 ਤੱਕ ਪਹੁੰਚਦੀ ਕਰਾਂਗੇ। ਇਹ ਬਹੁਤ ਸਾਰੇ ਵੀਰ ਜਿਹੜੇ ਆ ਲਾਈਵ ਦੇ ਵਿੱਚ ਇੱਥੇ ਆਏ ਸੀਗੇ ਜਿਨ੍ਹਾਂ ਨੇ ਸਾਹਮਣੇ ਦੇਖਿਆ ਝੋਟੀ ਦਾ ਦੁੱਧ ਜਿਹੜਾ ਉਹ ਕਿੰਨਾ ਦੁੱਧ ਹੋ ਰਿਹਾ। ਪਿੰਡ ਦੇ ਵਿੱਚੋਂ ਹੀ ਆਇਆ, ਸਾਹਮਣੇ ਸਰਪੰਚ ਸਾਹਿਬ ਵੀ ਖੜ੍ਹੇ ਆ, ਥੋੜ੍ਹੀਆਂ ਗੱਲਾਂ ਬਾਤਾਂ ਆਪਾਂ ਜ਼ਰੂਰ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ, ਵੈਸੇ ਤਾਂ ਤੁਸੀਂ ਇਸੇ ਪਿੰਡ ਦੇ ਵਿੱਚੋਂ ਆ ਤੇ ਕਾਫੀ ਮਿਹਨਤੀ ਪਰਿਵਾਰ ਬਾਈ ਜਸਪਾਲ ਸਿੰਘ ਜੀ ਹੋਰਾਂ ਦਾ, ਹਨਾ, ਇੱਥੇ ਮਿਹਨਤ ਕਰਦਾ ਪਿੰਡ ਦੇ ਵਿੱਚ, ਮਿਹਨਤ ਕਰਦਾ ਮੁੰਡੇ ਨੂੰ ਲੱਗਣਾ ਬਹੁਤ ਜ਼ਿਆਦਾ ਮੱਝਾਂ ਦੇ ਵਿੱਚ, ਤੇ ਕੋਸ਼ਿਸ਼ ਪੂਰੀ, ਚਲੋ ਮਿਹਨਤੀ ਬੰਦਾ ਹਾਂ ਕਾਮਯਾਬ ਹੋ ਹੀ ਜਾਂਦਾ ਹਨਾ। ਬਿਲਕੁਲ। ਸੋ ਦੋਸਤੋ ਧੰਨਵਾਦ, ਤੁਸੀਂ ਲਾਈਵ 'ਚ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ, ਯੂਟਿਊਬ 'ਤੇ ਦਿੱਕਤ ਆ ਗਈ ਸੀ ਉਹਦੇ ਕਰਕੇ ਲਾਈਵ ਜਿਹੜਾ ਨਹੀਂ ਚੱਲ ਸਕੀ। ਸੋ ਇਸ ਝੋਟੀ ਦਾ ਫਾਈਨਲ ਰਿਜ਼ਲਟ ਜਿਹੜਾ ਤੁਹਾਨੂੰ ਦੱਸ ਦਿੰਦਾ, 17 ਕਿਲੋ 280 ਗ੍ਰਾਮ ਇੱਕ ਦਿਨ ਦਾ, ਸੋ ਇੰਨਾ ਦੁੱਧ ਦੂਜੇ ਸੂਏ ਝੋਟੀ ਨੇ ਕੀਤਾ। ਮਿਹਰਬਾਨੀ ਦੋਸਤੋ।